मैं पता ही तेन क्यों सद के लई आनी हूं जेड़िया मेरिया नौवां ना दोवें बिल्लो ते सुगरी खांदियां पींदियां ते ठुलियां मैं ए भी खाऊंगा भी उन्हां नूं कुबाल बच्चा होवां नाल आया कि कोई नहीं अम्मा सबरा फिकर ना कर मैं तेन हुणे तसल्ली कर तसल्ली करके दे मेरी धी मैनूं ਕਿਵੇਂ ਅੱਬਾ ਲੋਹੀ ਕੀਤੀ ਖੁੱਤਾਂ ਠੱਟ ਲੱਗਦੀ ਪਈ ਹੈ ਕੋਈ ਤਬੀਅਤ ਤਾਂ ਨਹੀਂ ਖਰਾਬ ਬਸ ਜਿਸਮ ਟੁੱਟਦਾ ਜਾ ਪਿਆ ਪੁੱਤਰ ਉਹ ਸੁਣਿਆ ਵੀ ਮਰੀ ਵਾਲੇ ਪਾਸੇ ਨਾ ਵੀ ਬੱਦਲ ਤੇ ਬਾਰਿਸ਼ ਤੇ ਹਨੇਰ ਤੇ ਬੜਾ ਤੂਫਾਨ ਆਇਆ ਹੈਗਾ ਉਸ ਵੇਲੇ ਨਾ ਮੈਨੂੰ ਨਾ ਠੰਡ ਲੱਗਣ ਲੱਗ ਗਈ ਅੱਛਾ ਅੱਛਾ ਹਾਂ ਇੱਥੇ ਵੀ ਤਾਂ ਬੱਦਲ ਜਾ ਬਣੇ ਖਲਨ ਉਹ ਦਾ ਸਰ ਕੋ ਜੱਬੇ ਤੇ ਪੀਆ ਖਲਨ ਵੇਖੋ ਤਾਂ ਓਏ ਲੰਗੂਰ ਦੇ ਮੂੰਹ ਵਾਲਿਆ ਮੈਂ ਤੈਨੂੰ ਬੜੀ ਵਾਰੀ ਆਖਿਆ ਕਿ ਮੇਰੇ ਬਰਾਬਰ ਤੇ ਬੈਠਾ ਹੋਵੇ ਨਾ ਤਾਂ ਲੱਤ ਤੇ ਲੱਤ ਰੱਖ ਕੇ ਨਾ ਬੈਠ ਕੇ ਤੈਨੂੰ ਵੱਡੇ ਛੋਟੇ ਦਾ ਬਿਲਕੁਲ ਹਯਾ ਕੋਈ ਨਹੀਂ ਮੈਂ ਕੋ ਤੇਰਾ ਕਾਣਾ ਨਹੀਂ ਬੇ ਲੱਤ ਤੇ ਲੱਤ ਰੱਖ ਕੇ ਨਾ ਬਵਾਂ ਮੈਂ ਤਾਂ ਚੌੜਾ ਹੋ ਕੇ ਬਾਉਣਾ ਜਿਤਨੇ ਦੇ ਜ਼ਿੰਦਗੀ ਹੈ ਤੇ ਤੂੰ ਮੇਰੇ ਨਾਲ ਜ਼ਿਆਦਾ ਨਾ ਮੂੰਹ ਨਾ ਪਟਿਆ ਕਰ ਕਿਸੇ ਦਾ ਮੈਂ ਕਾਲਾ ਮੂੰਹ ਕੋਟ ਛੱਡ ਜਾਉਂ ਮੈਂ ਤੇਰਾ ਵੱਡਾ ਭਰਾ ਹਾਂ ਤੇਰਾ ਛੱਡ ਦੇ ਓਏ ਛੱਡ ਦੇ ਯਾਰ ਕੀ ਹੋ ਗਿਆ ਨੇ ਕੁਝ ਬਣ ਨਾ ਜਾਇਆ ਤੈਨੂੰ ਤਾਂ ਪਿਓ ਦਾ ਹੀ ਹਯਾ ਕੋਈ ਨਹੀਂ ਹੈ ਤੂੰ ਬੜਾ ਪਿਓ ਦਾ ਹਯਾ ਕੀਤੀ ਖਲਾ ਉਹਦੇ ਕੋਲ ਬੈਠੇ ਮੈਨੂੰ ਚਮਾਟ ਜਾਣ ਦੀ ਕੀਤੀ ਤੇਰੇ ਚੱਕਾ ਲਾਉਂਦੇ ਨਾ ਤੇ ਤੂੰ ਮੇਰੇ ਨਾਲ ਬਦਤਮੀਜ਼ੀ ਕਰੇ ਹੀ ਨਾ ਮੈਂ ਤੈਨੂੰ ਨਸੀਹਤ ਕੀਤੀ ਆਈ ਨਾ ਮੇਰੇ ਸਾਹਮਣੇ ਲੱਤ ਤੇ ਲੱਤ ਰੱਖ ਕੇ ਨਾ ਬੈਠਾ ਕੀਤਾ ਕਰ ਮੈਂ ਤੇਰੇ ਤੋਂ ਵੱਡਾ ਕੁਛ ਹਯਾ ਕਰ ਤੇਰੇ ਪਿਓ ਦੀ ਜਗ੍ਹਾ ਤੇ ਆ ਹਯਾ ਤੁਸੀਂ ਦੋਵੇਂ ਬੜਾ ਕੀਤੀ ਖਲੇ ਨੇ ਤੁਸੀਂ ਦੋਵੇਂ ਮੇਰੇ ਪਿਓ ਨੇ ਨਹੀਂ ਅੱਬਾ ਮੈਂ ਤੇ ਪੋਤਰਾ ਇਹੋ ਗੋਲਾ ਪਿਓ ਬਣਨ ਦੀ ਕੋਸ਼ਿਸ਼ ਕਰਦੇ ਲੱਖ ਲੰਨਾ ਤਾਈ ਮੋੜ ਮੈਨੂੰ ਗੋਲਾ ਸੱਦੀ ਖੜੋਤਾ ਓ ਯਾਰ ਪਿਛੇ ਹੋ ਜਾ ਛੱਡ ਦੇ ਯਾਰ ਛੱਡ ਦੇ ਯਾਰ ਉਹ ਮਿਰਾਸੀਆਂ ਨਾਲ ਅੱਗ ਵਿਖਾਈ ਖੜੇ ਨੇ ਇਹਨਾਂ ਲੋਕਾਂ ਨੂੰ ਅੱਮਾ ਵੇਖ ਲੈ ਮੈਨੂੰ ਲਾਣਾ ਦੇ ਛੱਡੀ ਸੋ ਮੈਂ ਤਾਂ ਨਿੱਕਾ ਬਿਆਨ ਦਾ ਕੰਮ ਬਣਦਾ ਸ਼ੁਕਰ ਕਰ ਕੁਝ ਨਾ ਕੁਝ ਦਿੱਤਾ ਹੀ ਹੈ ਨਾ ਚਲੋ ਓਏ ਯਾਰ ਕਿਸੇ ਆ ਗਿਆ ਤਾਂ ਖਿਆਲ ਕਰ ਰਿਆ ਕਲੋ ਚੁੱਪ ਕਰਕੇ ਖਲੋ ਜੋ ਤੁਹਾਨੂੰ ਹੋਰ ਕੋ ਬੰਦਾ ਪਰੰਦਾ ਕੋਈ ਦਿਸਦਾ ਪਿਆ ਹਾਂਜੀ ਅੰਮਾ ਜੀ ਤੁਸੀਂ ਦੱਸੋ ਕੀ ਹੁਕਮ ਹੈ ਕੋਈ ਨਹੀਂ ਹੁਕਮ ਆ ਲੇਡੀ ਡਾਕਟਰ ਲੈ ਕੇ ਆਈ ਆ ਤੁਹਾਡੀ ਸਵਾਣੀਆਂ ਨੂੰ ਵਿਖਾਉਮਾ ਚੰਗਾ ਕੀਤਾ ਅੰਮਾ ਜਿਹੜੇ ਇਹਨੂੰ ਲੈ ਆਂਦੇ ਸਭ ਤੋਂ ਪਹਿਲੂ ਮੇਰੀ ਸਵਾਣੀ ਨੂੰ ਚੈੱਕ ਕਰਾ ਹਰ ਜਗ੍ਹਾ ਤੇ ਪਹਿਲੇ ਮੂੰਹ ਪਟਣਾ ਤੂੰ ਜ਼ਲੀਲ ਜਿਆ ਨੇ ਤਾਂ ਓਏ ਅੰਮਾ ਮੈਂ ਵੱਡਾ ਮੇਰੀ ਸਵਾਣੀ ਨੂੰ ਪਹਿਲੇ ਚੈੱਕ ਜੇ ਮੈਂ ਲੇਡੀ ਡਾਕਟਰ ਲੈ ਆਂਦੀ ਤਾਂ ਦੋਵੇਂ ਨਹਿਰਾਂ ਦੀਆਂ ਬਾਜੀਆਂ ਨੇ ਮੇਰੀ ਦੀ ਅੰਦਰ ਅੰਮਾ ਸਾਹਿਬਰੇ ਗੱਲ ਸੁਣ ਚੈੱਕ ਤੇ ਮੈਂ ਤੁਹਾਨੂੰ ਕਰ ਲਾਂਗੀ ਲੇਕਿਨ ਇਹਨਾਂ ਤੇ ਤੈਨੂੰ ਪਤਾ ਹੈ ਨਾ ਕਿ ਮੈਂ ਫੀਸ ਚੋਖੀ ਸਾਰੀ ਲੈਣੀ ਆ ਨੇ ਮੇਰੀ ਦੀ ਫੀਸ ਤਾਂ ਤੂੰ ਲੈਣੀ ਕਿਸੇ ਟਾਈਮ ਦੁਆ ਹੀ ਲਾ ਲਈ ਕੀਤੀ ਕਰ ਮੇਰੇ ਕੋਲੋਂ ਬਸ ਕੀ ਕਰੀਏ ਦੁਆਵਾਂ ਨਾਲ ਡੇਢ ਨਹੀਂ ਨਾ ਵਰਦਾ ਉਹ ਡੇਢ ਤਾਂ ਨਹੀਂ ਵਰਿੰਦਾ ਲੇਕਿਨ ਦੁਆਵਾਂ ਨਾਲ ਕਾਮਯਾਬੀਆਂ ਮਿਲਦੀਆਂ ਨੇ ਹਾਂ ਚੱਲ ਹੁਣ ਬੈਜੋ ਆਰਾਮ ਨਾਲ ਅੱਲਾ ਤਾਂ ਮੈਨੂੰ ਛੂਰ ਦੇ ਛੱਡਿਆ ਨਾ ਤੇ ਬੜੀ ਵੱਡੀ ਖੁਸ਼ੀ ਕਰਨੀ ਮੈਂ ਤਾਂ ਤੈਨੂੰ ਛੂਰ ਨਹੀਂ ਦੇਣਾ ਕਿਉਂ ਤੂੰ ਤਾਂ ਬਿੱਲੀ ਦਾ ਬੱਚਾ ਢੀਸੀ ਲੱਖ ਲਾਨਾ ਤੇ ਉਹ ਬੰਦੇ ਦਾ ਮੂੰਹ ਨਾ ਚੰਗਾ ਹੋਵੇ ਬੰਦਾ ਗੱਲ ਤਾਂ ਸੋਹਣੀ ਕਰ ਲੈਂਦਾ ਮੈਂ ਕੀ ਬਿੱਲੀ ਨਾਲ ਸ਼ਾਦੀ ਕੀਤੀ ਹੋਈ ਜਿਹੜੀ ਬਿੱਲੀ ਦਾ ਬੱਚਾ ਜੰਮ ਸੀ ਆ ਵੇਖ ਲੈ ਹੁਣ ਤੇਰੇ ਬੈਠੇ ਉਸ ਮੈਨੂੰ ਲਾਨਤ ਗੱਤੀ ਏ ਮੈਂ ਹੁਣ ਪਾਗੀ ਹਾਂ ਮੁੜ ਵੀ ਲਾਨਤਾ ਜਲਦਾ ਬੈਠਾ ਬਾਈ ਓਏ ਬੂਤਨਿਆ ਹਯਾ ਨਾਲੇ ਤੂੰ ਉੱਠ ਜਾ ਅੱਬਾ ਜਿਤਨੇ ਤੱਕ ਮੈਂ ਖੈਰ ਦੀ ਖਬਰ ਨਾ ਸੁਣੀ ਮੈਂ ਇੱਥੋਂ ਕੋਈ ਨਹੀਂ ਉੱਠੇ ਹੋਣਾ ਮੈਂ ਤੈਨੂੰ ਖੈਰ ਦੀ ਖਬਰ ਸੁਣਾ ਨਾ ਲਵਾਂ ਮੈਂ ਤੈਨੂੰ ਸੁਣਾ ਤੈਨੂੰ ਸੁਣਾਵਾਂ ਅੱਜ ਤੂੰ ਉਹ ਤਮਾਸ਼ਾ ਬਣਾ ਰਿਹਾ ਨਾ ਯਾਰ ਮੈਂ ਤੇਰਾ ਅੱਧੇ ਨਿੱਕੇ ਦਾ ਹਯਾ ਨਹੀਂ ਕੋਈ ਆ ਛੱਡ ਦੇ ਸਾਹਮਣੇ ਮਾਰ ਦੇ ਆ ਛੱਡ ਦੇ ਬੋਤਲ ਖਲਾਨਾ ਤੂੰ ਚੱਕ ਮਾਰ ਲੈ ਹਲਕੇ ਆ ਚੰਗਾ ਕੀਤਾ ਵੋਟੀ ਨਿਕਲੀ ਹੈ ਕਿ ਕੋਈ ਨਾ ਹੁਣ ਮੈਂ ਤੈਨੂੰ ਇਹ ਵੀ ਨਹੀਂ ਆਖ ਸਕਦਾ ਤੂੰ ਕੁੱਤੇ ਦਾ ਪੁੱਤਰ ਹੈ ਆਏ ਵੇਖ ਲਵਾ ਤੈਨੂੰ ਮੌਲਾ ਲਵੇ ਕਿਉਂ ਰੋਲਾ ਕਿੱਤੀ ਕੋਤੇ ਨੇ ਅੰਦਰ ਲੇਡੀ ਡਾਕਟਰ ਪਿਆਂਦੀ ਹਾਲ ਹਲ ਬਾਹਰ ਪਈ ਕੋਤੀ ਚੈੱਕ ਨਹੀਂ ਕਰਦੀ ਪਈ ਤੁਹਾਡੀ ਸਵਾਣੀਆਂ ਨੂੰ ਆਏ ਅੰਮਾ ਮੈਂ ਤਾਂ ਹੁਣ ਚੁੱਪ ਕਰਕੇ ਬੈਠਾ ਹਾਂ ਤੇਰੇ ਪੁੱਤਰ ਮੇਰੀ ਲੱਤ ਤੇ ਚੱਕ ਵੱਡਿਆ 14 ਟੀਕੇ ਮੇਰੇ ਢੱਡੇ 'ਚ ਲੱਗ ਸਣ ਉਹ ਮੈਂ ਕੋ ਕੁੱਤਾ ਜਿਹੜਾ ਤੈਨੂੰ 14 ਟੀਕੇ ਲੱਗ ਸਣ ਮੈਂ ਆਖਣਾ ਤੇ 14 ਟੀਕੇ ਨਾਲ ਸਰ ਜਾਵੇ ਤਾਂ ਬੜੀ ਗੱਲ ਮੈਨੂੰ ਤਾਂ 28 ਟੀਕੇ ਲੱਗ ਸਣ ਫਲਕ ਸ਼ੇਰਾ ਇਹਨਾਂ ਚੁੱਪ ਕਰਾ ਲਾ ਲੇਡੀ ਡਾਕਟਰ ਚੈੱਕ ਕੋਈ ਨਹੀਂ ਕਰਨਾ ਉੱਠ ਗਿਆ ਤੇ ਘਰ ਵਗ ਜਾਸੀ ਉਹ ਬੂਤਨਿਆ ਆ ਵੇਖ ਮੇਰੇ ਹੱਥਾਂ ਜੁੜਿਆਂ ਨੂੰ ਵੇਖ ਲਾ ਤੇ ਘਰੋਂ ਬਾਹਰ ਨਿਕਲ ਜਾ ਓਏ ਅੱਬਾ ਤੈਨੂੰ ਮੈਂ ਕਿਤਨੀ ਵਾਰੀ ਆਖਿਆ ਸਾਡੇ ਕੋ ਹੱਥ ਨਾ ਬੰਨੇ ਕਰ ਇਹ ਲੈ ਤੂੰ ਹੱਥ ਬਣਿਆ ਨਾ ਉਹ ਮਜਬੂਰ ਹੋ ਕੇ ਤੇਰੀ ਸਾਨੂੰ ਮੰਨਣੀ ਪੈਂਦੀ ਹਾਂ ਗੈਰਤ ਆ ਜਾਂਦੀ ਤੂੰ ਨਗਾ ਦੇ ਜ਼ਿੰਦਗੀ ਗੈਰਤ ਕਰੀ ਦਫਾ ਜਾ ਵਗ ਜਾ ਯਾਰ ਬੜਾ ਕੋ ਜ਼ਰੀਲਾ ਚੱਕ ਵੱਡਿਆ ਤੇਰੇ ਪੁੱਤਰ ਨੇ ਮੈਨੂੰ ਬਾਈ ਘਟ ਤੂੰ ਵੀ ਕੋਈ ਨਹੀਂ ਕੀਤੀ ਖਣਾ ਚੁੱਪ ਕਰਕੇ ਬਹਿ ਜਾ ਉਹ ਨਿਕਲ ਗਿਆ ਬਸ ਸੁਣ ਮੈਂ ਚੁੱਪ ਕਰੋ ਕਾਨ ਜੇ ਪੇਟੀ ਵਾਜਾ ਚਾ ਕੇ ਭੇਜ ਦਿੱਤਾ ਨਾ ਉਹਨੇ ਤੇ ਮੈਂ ਪੈਸੇ ਵੇਖਿਓ ਲੈ ਕੇ ਜਾਂਦਾ ਪੈਸੇ ਦੇਸਣ ਤੇ ਮੈਂ ਘਰੋਂ ਨਿਕਲਣਾ ਹਾਂ ਸਹੀ ਗੱਲ ਹਾਂਜੀ ਕਿਦੇ ਸਾਹਿਬ ਕਿਦੇ ਅਸੀਂ ਨਹੀਂ ਬਚਾਂਦੇ ਤੁਹਾਡੇ ਨੇ ਲਗੇ ਉਹਨੇ ਖਰੀ ਖਰੀ ਖੈਰੀ ਤੇਰਾ ਭਰਾ ਰਮਜੀ ਜਿਹੜਾ ਉਹ ਸਾਡੇ ਤਬਲੇ ਤੇ ਵਾਜਾ ਉਹਨੇ ਵੇਚ ਦਿੱਤਾ ਨਹੀਂ ਤੁਹਾਡੇ ਤਬਲਾ ਵਾਜਾ ਵੇਚ ਛੱਡਿਆ ਸੀ ਹਾਂਜੀ ਤੇ ਉਹ ਮਾਂ ਤੁਹਾਨੂੰ ਫਤਵਾ ਦੇਣਾ ਟੈਨਸ਼ਨ ਕਿਉਂ ਲੈਂਦਾ ਘਰੇ ਬੈਠਾ ਚੱਲ ਟੋਰ ਲਕਸ਼ਰ ਬੈਠਾ ਕੀ ਹੋਇਆ ਜੀ ਕੀ ਕਰਦਾ ਹੈ ਤੈਨੂੰ ਅੰਦਰ ਬੜੇ ਆਉਣਾ ਅੱਬਾ ਜੀ ਇਹਨਾਂ ਦਾ ਤਬਲਾ ਤੇ ਵਾਜਾ ਵੇਚ ਕੇ ਆਇਆ ਆਸਾਨ ਤਬਲਾ ਤੇ ਵਾਜਾ ਵੇਚ ਕੇ ਆਇਆ ਹਾਂਜੀ ਉਹ ਸ਼ਰਮ ਕੀਤਾ ਕਰ ਕਿਹੜੇ ਪਾਸੇ ਤੂੰ ਲਾਮਾ ਨਹੀਂ ਲੈ ਕੇ ਦਿੱਤਾ ਮੈਨੂੰ ਓਹੋ ਮੈਨੂੰ ਪੈਸਿਆਂ ਦੀ ਲੋੜ ਆਈ ਇਹਨਾਂ ਕੋਲ ਤਬਲਾ ਵਾਜਾ ਵੰਗ ਕੇ ਮੈਂ ਪ੍ਰੋਗਰਾਮ ਤੇ ਗਿਆ ਉੱਥੇ ਪ੍ਰੋਗਰਾਮ ਲੱਗਿਆ ਨੇ ਗੱਡੀ ਵਾਲੇ ਨੂੰ ਕਿਰਾਇਆ ਦੇਣਾ ਹੈ ਤੇ ਤੂੰ ਮੈਨੂੰ ਨਹੀਂ ਦੱਸ ਸਕਦਾ ਈਓ ਤੇਰੇ ਕੋਲ ਕਿਹੜਾ ਪੈਸੇ ਹੁੰਦੇ ਚਲੋ ਮੈਂ ਕਿਸੇ ਕੋਲ ਪਿੰਨ ਕੇ ਦੇ ਦੇਵਾਂ ਅਸ ਉਹ ਚਾਚਾ ਉਹ ਸਾਡਾ ਤਬਲਾ ਵਾਜਾ ਦਿਓ ਅਸੀਂ ਤਾਂ ਫੰਕਸ਼ਨ ਤੋਂ ਜਾਵਣ ਤੋਂ ਬੈਠੇ ਆ ਨਹੀਂ ਮੈਨੂੰ ਤਬਲਾ ਵਾਜਾ ਫੜਾ ਕੇ ਗਏ ਜੇ ਦੇ ਉਹਨਾਂ ਨੂੰ ਹੁਣ ਪੂਰਾ ਕਰ
ਉਹ ਭਾਈ ਤੁਹਾਨੂੰ ਦੇ ਦੇ ਸਾਂ ਪੈਸੇ ਦੇ ਦੇ ਸਾਂ ਤੇ ਤੁਸੀਂ ਤਬਲਾ ਵਾਜਾ ਲੈ ਲਵੇ ਅਜੇ ਨਹੀਂ ਤਾਂ ਜਪਾਨੀ ਤਬਲਾ ਵਾਜਾ ਮੇਰੇ ਬੇਲੀ ਕੋਲ ਹੈ ਉਹ ਮਸਾਈ ਵਾਲ ਤੈਨੂੰ ਲਿਆ ਕੇ ਦੇ ਦੇ ਸਾਂ ਹੁਣ ਅਸੀਂ ਤੇਰਾ ਸਿਰ ਵਜਾ ਕੇ ਉੱਥੇ ਫੰਕਸ਼ਨ ਕਰਕੇ ਆਈਏ ਚੱਲ ਸਾਡੇ ਨਾਲ ਤਾਂ ਦਸਾਈ ਵਾਲੇ ਸਾਨੂੰ ਤਬਲਾ ਵਾਜਾ ਲੈ ਕੇ ਦੇ ਤੇ ਫਿਰ ਵਾਪਸ ਆ ਜਾਵੀਂ ਉਹ ਨਹੀਂ ਹੁਣ ਮੈਂ ਨਹੀਂ ਜਾ ਸਕਦਾ ਮੇਰੇ ਘਰੇ ਮਸਲਾ ਬਣਿਆ ਖੋਤਾ ਹੈ ਮੇਰੀ ਸਮਾਨੀ ਨੂੰ ਡਾਕਟਰ ਲੈ ਅੰਦਰ ਲੈ ਕੇ ਬੈਠੀ ਹੋਈ ਹੈ ਤੇ ਮੈਂ ਉੱਥੇ ਵਗ ਜਾਵਾਂ ਤੁਹਾਡੇ ਨਾਲ ਸਾਈ ਵਾਲ ਵਾਹ ਬਈ ਬੜੀ ਸੋਹਣੀ ਗੱਲ ਕੀਤੀ ਹੈ ਓਏ ਇੱਕ ਤੂੰ ਸਾਡੀ ਸ਼ਹਿ ਜਾ ਕੇ ਵੇਚੀ ਉਤੋਂ ਤੂੰ ਸਾਨੂੰ ਨਵੀਆਂ ਫਿਲਮਾਂ ਸੁਣਾਈ ਜਾਂਦਾ ਚੰਗੇ ਕੰਮ ਕਰੇ ਤੇ ਕਿਉਂ ਤੈਨੂੰ ਤਕਲੀਫ ਆਵੇ ਅੱਬਾ ਵੇਖ ਲੈ ਇਹ ਸੱਚਾ ਬਾਲ ਬੰਦਾ ਬਰਾਦਰੀ ਨੂੰ ਨਹੀਂ ਛੱਡਿੰਦਾ ਬਾਹਰ ਤੋਂ ਬਾਹਰ ਰਹਿ ਗਿਆ ਮੈਂ ਤੈਨੂੰ ਇੱਕ ਗੱਲ ਦੱਸ ਦੇਵਾਂ ਮੇਰੇ ਮਾਮਲੇ ਦੇ ਵਿੱਚ ਟੰਗ ਨਾਰਾਜ਼ ਕੀਤੀ ਕਰ ਤੈਨੂੰ ਕਿੰਨੀ ਵਾਰੀ ਆਖਿਆ ਮੈਂ ਤੇ ਕਿਉਂ ਬਰਾਦਰੀ ਕੋਲ ਗਿਲੇ ਦਿਵਾਈ ਰੱਖਣਾ ਬਰਾਦਰੀ ਨੂੰ ਤਾਂ ਬੇਸ਼ੱਕ ਛੱਡਿਆ ਕਰ ਤੇਰੂ ਤਮਾਸ਼ਾ ਬਣਾ ਕੇ ਖਲੋਤੇ ਨੇ ਬੜਾ ਗਹਿਰਾ ਤਾਲਾ ਬਣਿਆ ਖੋਤਾ ਹੈ ਮੇਰੇ ਗੁਹੂ ਅੱਖ ਚਾਹ ਕਰਾਂ ਬੋਲੀ ਮੈਂ ਤੈਨੂੰ ਦੱਸਦਾ ਪਿਆ ਜੇ ਤੂੰ ਇਜ਼ਾ ਚਾਹਨਾ ਨਾ ਤੂੰ ਵੀ ਮੱਠ ਹੋ ਜਾ ਨਹੀਂ ਤਾਂ ਇਹਨਾਂ ਦੇ ਸਾਹਮਣੇ ਮਾਂ ਤੇਰਾ ਮੂੰਹ ਕੋੜ ਛੜਿਆ ਸਾ ਵੇਖੀ ਮੋ ਛੋਟੇ ਵਿਰਾ ਕੀਤਾ ਕੀ ਤੂੰ ਮੂੰਹ ਕੁੱਟੀ ਖੜੋਤਾ ਹੈ ਤੂੰ ਤੇ ਆਖ ਛੜਿਆ ਨਾ ਤੇਵੇਂ ਸਮੇਂ ਲੈ ਕੁੱਟੀ ਖੜੋਤਾ ਹੈ ਤੂੰ ਇਹਨੂੰ ਕੁੱਟਾ ਅੱਗੇ ਧਾਈ ਕੁੱਟੀ ਕੰਮ ਇਹਨਾਂ ਲੜਨ ਦੇ ਕੋਈ ਨਾ ਛੁੜਾਓ ਕੋਈ ਨਾ ਛੁੜਾਓ ਉਹ ਤੇ ਸ਼ਰਮ ਕਰ ਜੋ ਬਗੈਰ ਤੋਂ ਛੱਡ ਦਿਓ तबला वाजा चाह के वेच छड़िया सो मजबूरी बनी खोती समान वेचे विचारियां दा ओए अम्मा तैनूं पता है मैं जंग आले प्रोग्राम च गया सो अक्के नाल जुड़ाने का प्रोग्राम अगू लग्या कोई नहीं ते गड्डी वाले ने मैनूं आख्या मैनूं इत्थे किराया चाहिदा ते मोर मैनूं समान वेच के ते किराया देना पै गया अपना नहीं तबला वाजा पिया अपना लैके भग जावियां उन्ना कोलों क्यों ले आई ओए अम्मा किथे पिया है अपने आला तबला वाजा ओ ते कैसर मिठू मांग के लै गया ओ नाल लई है आपा लैंदा ही कोई नहीं ओ जे घरे पिया हुंदा अपना तबला वाजा ते मैनूं की लोड़ आई इन्ना बेवकूफा कोल मंगण दी इक तैनूं असीं चीज दित्ती उदों असीं बेवकूफ है ओ तैनूं लवे मौला ओ तू साडे वास्ते अजाब बण के पिया है जावे मेरा पुत्र कैसर मिठू कोल साडा तबला वाजा पिया ने ओ तू चाह लवे ओ तानू ना ना देवे ए घरे बैठा के जुतियां मरिया एवे ही करना सी जो तू ना मिले ते बड़े जुतियां ही मार हुण जा भाग जा ਜੁੱਤੀਆਂ ਤੋਂ ਇਲਾਵਾ ਵੀ ਹੱਲ ਹੁੰਦੇ ਨੇ ਉਹ ਤੂੰ ਖਲੋ ਕੇ ਮੈਨੂੰ ਟੈਲੀਫੋਨ ਕਰ ਛੜਿਆ ਮੇਰਾ ਨੰਬਰ ਤੁਹਾਡੇ ਕੋਲ ਹੈ ਮੈਂ ਉਹਨੂੰ ਆਖ ਦਿੱਤਾ ਤੁਹਾਨੂੰ ਦੇ ਦੇ ਇਹ ਤੂੰ ਚੰਗਾ ਕੀਤਾ ਜਿਹੜਾ ਸਾਨੂੰ ਤੂੰ ਟੈਲੀਫੋਨ ਦਾ ਦੱਸਦਾ ਤੇ ਅਸੀਂ ਤੈਨੂੰ ਜੁੱਤੀਆਂ ਹੀ ਮਾਰ ਜਾ 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 ਤਾਂ ਇਹ ਤਾਂ ਮੈਂ ਤੁਹਾਨੂੰ ਬੇਵਕੂਫਾਂ ਦਾ ਪਿਆ ਵੀ ਤੁਹਾਡੇ ਇੰਨਾ ਤਾਂ ਅਕਲ ਕੰਮ ਨਹੀਂ ਕਰਦਾ ਵੀ ਫੋਨ ਕਰ ਲਈਏ ਠੀਕ ਹੈ ਅਸੀਂ ਜਾਂਦੇ ਪਏ ਚਲੋ ਜੀ ਚਲੋ ਜੀ जान के मेरे गल पवाया मेरा हुण खून खोलदा पे हुण दो दो हाथ कर लवीए हुण तुसीं दो दो हाथ करने ते मैं हुण त्री हाथ भी कर देना मैं तुहाडे मुंह लाल कर दसा ऐ लब्बा मैं आप दे हाथ लैंदा पे कच्चे ਇਹਨੂੰ ਅੱਗੇ ਵੀ ਕੰਮ ਹੌਲਾ ਰੱਖ ਸੀ ਹੁਣ ਜ਼ਬਾਨ ਵੀ ਬੰਦ ਰੱਖੀ ਉਹ ਤੈਨੂੰ ਕੁਝ ਨਹੀਂ ਆਖਦਾ ਮੈਂ ਹੁਣ ਆਰਾਮ ਨਾਲ ਬੈਠਾ ਹਾਂ ਪਹਿਲਾ ਸ਼ੇਰਾ ਮੁਬਾਰਕ ਹੋਵੇ ਆਪਣੀਆਂ ਦੋਵਾਂ ਨੌਵਾਂ ਬਾਲ ਬੱਚਾਵਾਂ ਨਾਲ ਸ਼ੇਰ ਮੁਬਾਰਕ ਹੋਵੇ ਉਹਦੇ ਘਰ ਤਾਂ ਬਾਲ ਜੰਮ ਕੇ ਉਹਨੇ ਬੇਇੱਜ਼ਤ ਹੀ ਹੋਣਾ ਬਲਕਿ ਜ਼ਲੀਲ ਹੋਣਾ ਦੁਨੀਆ ਤੇ ਆ ਕੇ ਇਹਦੇ ਘਰ ਤਾਂ ਬਾਲ ਜੰਮਣਾ ਹੀ ਨਹੀਂ ਚਾਹੀਦਾ ਇਹ ਤੇਰੀ ਜ਼ਬਾਨ ਮੁਬਾਰਕ ਹੋਵੇ ਜੀ ਤੁਹਾਨੂੰ ਸਾਰਿਆਂ ਨੂੰ ਖੈਰ ਮੁਬਾਰਕ ਖੈਰ ਮੁਬਾਰਕ ਮੈਨੂੰ ਮੁਬਾਰਕ ਹੋਵੇ ਇਹ ਤੇ ਲਾਨਤ ਹੋਵੇ ਕਿਉਂ ਉਹ ਮੈਨੂੰ ਵੀ ਖੁਸ਼ੀ ਹੈ ਤੇਰੇ ਨਾਲੋਂ ਜ਼ਿਆਦਾ ਹੀ ਕਿਉਂਕਿ ਮੇਰੀ ਸਵਾਣੀ ਬਾਲ ਬੱਚਾ ਜੰਮਦੀ ਪਈ ਹੈ ਬਾਲ ਬੱਚਾ ਜੰਮ ਕੇ ਅੱਖੀ ਤੇ ਜਾਣਾ ਉਹਨੇ ਜ਼ਲੀਲ ਹੀ ਹੋਣਾ ਦੁਨੀਆ ਤੇ ਆ ਕੇ ਉਹ ਕਿਉਂ ਜ਼ਲੀਲ ਹੋਣਾ ਖੱਚ ਜਾਈਆ ਜ਼ਲੀਲ ਦੇ ਘਰ ਜੰਮ ਸੀ ਤੇ ਜ਼ਲੀਲ ਹੀ ਹੋਸੀ ਅੱਛਾ ਹੁਣ ਤੁਸੀਂ ਆਪਾਂ ਤੇ ਚਿੜ ਜਾ ਰਹਿਣਾ ਹੈ ਮੇਰੀ ਫੀਸ ਤੇ ਦੇਣੀ ਹੈ ਫੀਸ ਤੇਰੀ ਬਾਅਦ ਦੇ ਦੱਸਾਂ ਪਹਿਲੇ ਮੈਨੂੰ ਇਹਦਾ ਬੁੱਤ ਦੱਸ फीस ना देनी पवे तां लड़दा पिया ना रमजी हुंदे पैसे दे हुंदा हक बनदा है हक बनदा पर साडी जेब च कोई नहीं ਉਹ ਧੋਰਮੇ ਦੇ ਅੱਲਾ ਆਪਾਂ ਨੂੰ ਖੁਸ਼ੀ ਦਿੰਦਾ ਪਿਆ ਨਹੀਂ ਮਾਈ ਸਾਬਰਾ ਇਹ ਕੀ ਇੱਕ ਦੂਸਰੇ ਦਾ ਮੂੰਹ ਦਿਖੀ ਜਾਂਦੇ ਹੋ ਮੇਰੀ ਫੀਸ ਦਿਓ ਨਹੀਂ ਮੇਰੀ ਭੈਣ ਸਾਡੇ ਘਰ ਲੜਾਈ ਪਈ ਖੜੀ ਤਨ ਫੀਸ ਦੀ ਪਈ ਖੜੀ ਹੈ ਨਹੀਂ ਇਹ ਤਾਂ ਕੋਈ ਗੱਲ ਨਾ ਹੋਈ ਉਹ ਮੇਰੇ ਧੀ ਤੈਨੂੰ ਫੀਸ ਕਰ ਦਿੰਨੇ ਆ ਦੋਕ ਦਿਨਾਂ ਤਾਈ ਤੂੰ ਇੱਕ ਵਾਰੀ ਜਾ ਨਹੀਂ ਤੁਹਾਡੇ ਕੋਲ ਅਗਰ ਫੀਸ ਨਹੀਂ ਸੀ ਹੈ ਤਾਂ ਮੈਨੂੰ ਬੁਲਾਉਣਾ ਜ਼ਰੂਰ ਸੀ ਉਹ ਕਾਰ ਕੀਤੀ ਹੈ ਨਾ ਮਰਾਸੀਆਂ ਵਾਲੀ ਨਹੀਂ ਮੇਰੀ ਭੈਣ ਸਾਡੇ ਮਰਾਸੀਆਂ ਦੀ ਅਟੈਕ ਨਾ ਮਾਰ ਰਾਤ ਤੇ ਤੰਮੀ ਤੈਨੂੰ ਦੇ ਜਾ ਟੈਕਨੀ ਸਾਹਿਬਾ ਹੁਣ ਤੂੰ ਜਾ ਜਾਂਦੀ ਪਈ ਆ ਮੈਨੂੰ ਪਤਾ ਹੈ ਤੋ ਕਸ਼ੇ ਨਹੀਂ ਲੱਭਣੇ ਦੁਆਵਾਂ ਤੋਂ ਸਿਵਾ ਉਹ ਵੀ ਤੁਸਾਂ ਨਹੀਂ ਦਿੰਦੇ ਅੱਲਾ ਤੁਹਾਨੂੰ
ਖੁਸ਼ ਰਹਾ ਮੈਨਾਂ ਦੱਸਿਓ ਮੈਨਾਂ ਕੀ ਪੁੱਛਦਾ ਪਿਆ ਹਾਲੇ ਉਸ ਚੈੱਕ ਕੀਤਾ ਅਲਟਰਾਸਾਊਂਡ ਨਹੀਂ ਨਾ ਉਸ ਕੀਤਾ ਦੰਮੀ ਤੇ ਲੈ ਜਾ ਸਾ ਮਸ਼ੀਨ ਤੇ ਅਲਟਰਾਸਾਊਂਡ ਕਰਾਵਣਾ ਹਾਂ ਟੋਕੇ ਵਾਲੀ ਮਸ਼ੀਨ ਨੇ ਚਲਾ ਜਾ ਬਕਵਾਸ ਨਾ ਕੀਤੀ ਜਾ ਗੱਲ ਕੀਤੀ ਖਲੇ ਵੇਖ ਲੈ ਉਹ ਸ਼ਰਮ ਆਇਆ ਹੈ ਇਹਨਾਂ ਦੋਵਾਂ ਦੇ ਵਿੱਚ ਇਹ ਗੱਲ ਸਾਈਡ ਤੇ ਹੋ ਗਈ ਪੁੱਛ ਸਕਦੇ ਆ ਨਾ ਤੇ ਯਾਰ ਮੋੜ ਕੀ ਹੈ ਮੇਰੀ ਉਹ ਸਵਾਣੀ ਕੋ ਬੈਣ ਥੋੜੀ ਜਿਹੜਾ ਸ਼ਰਮ ਕਰ ਗੱਲ ਇਹ ਹੈ ਕਿ ਯਾ ਇਹ ਇਸ ਘਰ ਦੇ ਰਸੀ ਯਾ ਮੈਂ ਇਸ ਘਰ ਦੇ ਰਸੀ ਕਿਉਂ ਹਾਂ ਬਸ ਮੇਰਾ ਹੁਣ ਮੇਰਾ ਸ਼ਾਟ ਹੋ ਗਿਆ ਹੈ ਓ ਮੈਨੂੰ ਅੱਲਾ ਪੁੱਤਰ ਦੇਣਾ ਹੈ ਰਮਜੀ ਪੁੱਤਰ ਤਲੰਗ ਦੇਣੇ ਲੇਕਿਨ ਬਰਾ ਨਾਲ ਤਾਂ ਨਾ ਲੜ ਪਿਆ ਨਹੀਂ ਹੁਣ ਮੇਰਾ ਪੁੱਤਰ ਹੋ ਪਵਣਾ ਮੈਂ ਬਰਾ ਤੇ ਲਾਣ ਤੇ ਨਹੀਂ ਪਾਉਂਦਾ ਹਾਲੇ ਕਿਹੜਾ ਹੋਣਾ ਪਤਾ ਲੱਗ ਗਿਆ ਜੇ ਤੈਨੂੰ ਪੋਤਰੀ ਢੀਮਣਾ ਹੈ ਤਾਂ ਨਹੀਂ ਮੇਰੀ ਭੈਣ ਅੱਲਾ ਮੈਨੂੰ ਪੋਤਰੀ ਦੇਸੀ ਹਾਲੇ ਕੰਮ ਰੋਲੇ ਚ ਇਹ ਜੇ ਬਾਹਰ ਨਿਕਲਿਆ ਨਾ ਉਹਲੇ ਪਤਾ ਲੱਗ ਸੀ ਛੂਏ ਰਹੀ ਆ ਛੂਹੋ ਰਹੀ ਤੈਨੂੰ ਮੈਂ ਗੱਲ ਕੀਤੀ ਹੈਗੀ ਹੈ ਮੈਂ ਤੇ ਨਾ ਗੱਲ ਨਾ ਕਰਾਂ ਤੂੰ ਜ਼ਬਰਦਸਤੀ ਮੇਰੇ ਨਾਲ ਗੱਲ ਨਾ ਕੀਤੀ ਕਰ ਅੱਲਾ ਨੂੰ ਮਾਰੀ ਰੱਖ ਅੱਲਾ ਦੇਸੀ ਜ਼ਬਾਨਾਂ ਨਾ ਗੱਡੀਆਂ ਕਰੋ ਖੁਦਾ ਦਾ ਨਾਂ ਨੇ ਆਦਾ ਕੰਮ ਦੰਦਾ ਕਰੋ ਬੰਟੀ ਹੁਣ ਆਪਣਾ ਪੁੱਤ ਜਾਂਦਾ ਪਿਆ ਬਾਹਰ ਤੇ ਮੈਂ ਆਦੇ ਪੇਕਿਆਂ ਨੂੰ ਸੱਦਣਾ ਇੱਕ ਰੋਲਾ ਨਾ ਪਾਵੀਂ ਬਈ ਤੇ ਮੈਂ ਵੀ ਆਪਣੇ ਪੇਕਿਆਂ ਨੂੰ ਸੱਦਣਾ ਹੈਗਾ ਤੇ ਤੁਸੀਂ ਵੀ ਕੋਈ ਰੋਲਾ ਨਾ ਪਾਣਾ ਯਾਰੂ ਨਹੀਂ ਸੱਦਣਾ ਉਹ ਮੇਰੇ ਨਾਲ ਲੜ ਚੱਗੀ ਆ ਜੇ ਆਇਆ ਤਾਂ ਮੈਂ ਉਹਦੀ ਲਾਤ ਬੰਨ ਦੇਣੀ ਲੈ ਐਵੇਂ ਤੂੰ ਬੰਨ ਦੇਣੀ ਹੈਗੀ ਤੇ ਫਿਰ ਮੈਂ ਇਸ ਘਰ ਚੋਂ ਚਲੀ ਜਾਣੀ ਆ ਤੇ ਫਿਰ ਮੈਂ ਇਸ ਘਰ ਚ ਨਹੀਂ ਰਹਿਣਾ ਉਹ ਤੇਰੀ ਆਪਣੀ ਮਰਜ਼ੀ ਆਪਣੀ ਮਰਜ਼ੀ ਓਹੋ ਕਿਉਂ ਲੜੀ ਜਾਂਦੇ ਨੇ ਕੀ ਹੋਇਆ ਅੱਬਾ ਲੈ ਮੇਰੇ ਪੇਕਿਆਂ ਨੂੰ ਨਹੀਂ ਸਾਦਾ ਤੇ ਆਪਣੇ ਪੇਕਿਆਂ ਨੂੰ ਸਾਦਾ ਆਖਰੋ ਮੇਰਾ ਵੀ ਪੁੱਤਰ ਜੰਮਿਆ ਤੇ ਉਹਨੂੰ ਮੈਂ ਹੀ ਹੈ ਨਾ ਬਿਲਕੁਲ ਮੇਰੇ ਨਾਨਕੀ ਆਵਣ ਕਿਉਂ ਨਾ ਆਵੇ ਨਾ ਓਏ ਆਵਣ ਜਿਹੜਾ ਮੇਰੀ ਬੇਇੱਜ਼ਤੀ ਕਰ ਗਿਆ ਮੇਰੇ ਨਾਲ ਲੜ ਗਿਆ ਮੈਨੂੰ ਗਾਲਾਂ ਕੱਢ ਗਿਆ ਮਾਮਾ ਬਣ ਕੇ ਉਹਨੂੰ ਮੈਂ ਕਿਉਂ ਸੱਦਾ ਤੂੰ ਅਗਲੀ ਬੇਇੱਜ਼ਤੀ ਤੇ ਮਿੱਟੀ ਪਾ ਇਹ ਖੁਸ਼ੀ ਦਾ ਟਾਈਮ ਹੈ ਮੈਂ ਜਾਂਦਾ ਪਿਆ ਬਾਹਰ ਤੇ ਖੈਰੀ ਸਲਾਮਤੀ ਮੈਂ ਜਾਵਾਂ ਦੇਖ ਤੇ ਬਈ ਨਵਾਂ ਨਾ ਤੂਤ ਖੜਾ ਕਰ ਕੋਈ ਨਵਾਂ ਨਾ ਤੂਤ ਖੜਾ ਕਰ ਮੈਂ ਨਹੀਂ ਉਹਨੂੰ ਵੜਨ ਦਿੰਦਾ ਮੈਂ ਅੱਬਾ ਤੈਨੂੰ ਕਿਹੜਾ ਬੇਇੱਜ਼ਤੀ ਲੱਗੀ ਰਹਿ ਗਈ ਹੈ ਬਹੁਤ ਅੱਛੇ ਮੇਰੀ ਕੋਈ ਗਲਤੀ ਨਹੀਂ ਆ ਤੂੰ ਵੀ ਉਹਦੇ ਨਾਲ ਦੀ ਹੋਈ ਖੋਤੀ ਹੈ ਆ ਤੂੰ ਤੇ ਮੇਰੀ ਬਣਾਈ ਹੈ ਆ ਮੇਰੇ ਹੱਕ 'ਚ ਗੱਲ ਕਰ ਵੇ ਅੱਬਾ ਮੈਂ ਤਾਂ ਲੜਾਈ ਖਤਮ ਕਰਨ ਵਾਲੀ ਗੱਲ ਕਰਦੀ ਪਈ ਆ ਮੈਂ ਨਹੀਂ ਚਾਹੁੰਦੀ ਵੀ ਲੜਾਈ ਘਰ ਦੇ ਵਿੱਚ ਵੱਧ ਜਾਵੇ ਅੰਮਾ ਤੂੰ ਮੈਨੂੰ ਦੱਸ ਵੀ ਜਦੋਂ ਅੱਬਾ ਨਹੀਂ ਚਾਹੁੰਦਾ ਵੀ ਸ਼ੋਕੀ ਦਾ ਮਾਮਾ ਇੱਥੇ ਆਵੇ ਤਾਂ ਤੂੰ ਜ਼ਰੂਰ ਸੱਦਣਾ ਘਰ ਦੇ ਵਿੱਚ ਕਿਉਂ ਰਾਂਦ ਬਣਾਉਂਗੇ ਤੂੰ ਚਲੋ ਠੀਕ ਹੈ ਪੁੱਤਰ ਮੈਂ ਨਹੀਂ ਸੱਦੀ ਮੈਂ ਆਪ ਚਲੀ ਜਾਂਦੀ ਆਪਣੇ ਪੇਕਿਆਂ ਦੇ ਤੇ ਤੁਸੀਂ ਬਾਅਦ 'ਚ ਖੁਸ਼ੀਆਂ ਕਰਦੇ ਰਹਿਣ ਨਹੀਂ ਲੱਗਾ ਤੂੰ ਅੱਗੇ ਤਿਆਰ ਹੋਈ ਖਲੋਤੀ ਹੁੰਦੀ ਹੈ ਆ ਤੂੰ ਚੁੱਪ ਕਰਕੇ ਖਲੋਗਾ ਇਸ ਖੁਸ਼ੀ ਤੇ ਮੇਰੇ ਮਾਮੇ ਕਿਉਂ ਨਾ ਉੱਠੇ ਆ ਤੂੰ ਧੂਮ-ਧਾਮ ਨਾਲ ਸਦਾ ਜਿਹੜਾ ਮੇਰਾ ਮਾਮਾ ਹੈ ਨਾ ਮੇਰੇ ਪਿਓ ਨਾਲ ਲੜਿਆ ਉਹਨੂੰ ਹੀ ਸਦਾ ਇਹ ਗੱਲ ਹੈ ਕਿ ਮੁੜ ਮੈਂ ਵਗ ਜੰਨਾ ਮੈਂ ਵੀ ਤੁਹਾਡੀ ਖੁਸ਼ੀ ਖਰਾਬ ਨਹੀਂ ਕਰਦਾ ਮੈਂ ਤੈਨੂੰ 에ਅਰਪੋਰਟ ਤੇ ਉੱਥੇ ਮਿਲ ਲੈਸਾਂ ਮੇਰੇ ਵਾਸਤੇ ਇੱਥੇ ਹੀ ਬੜਾ ਹੈ ਲੈ ਲੋ ਖਤਰ ਲੋ ਘਿਓ ਨੂੰ ਭਾਂਡਾ ਬਈ ਜਦੋਂ ਅੱਬਾ ਰਾਂਦ ਘਰ ਦੇ ਵਿੱਚ ਬਣਾਈ ਖਲੋਤਾ ਤੈਨੂੰ ਖੁਸ਼ੀ ਕਰਨ ਦੀ ਕਿਹੜੀ ਜ਼ਰੂਰਤ ਬਣੀ ਖਲੋਤੀ ਉਦੋਂ ਹਟ ਕੇ ਆ ਤਾਂ ਮੋੜ ਆਪਾਂ ਖੁਸ਼ੀ ਕਰ ਲਈ ਸਾਂ ਉਹ ਖੁਸ਼ੀ ਪਹਿਲੇ ਕਰਕੇ ਜਵਿੰਦਾ ਹੈ ਰਾਜ ਕਿਤੇ ਜਾਲ ਦਾ ਐਕਸੀਡੈਂਟ ਹੋਇਆ ਪਿਆ ਤਾਂ ਮੋੜ ਮੇਰਾ ਰਾਹ ਲਾਉਂ ਮੈਂ ਤੇ ਫੱਫੇ ਟੁੱਟੀਆਂ ਚੁੱਪ ਕਰਕੇ ਖੜੀ ਹੋ ਖੁਸ਼ੀ ਤਾਂ ਮੈਂ ਹੁਣੇ ਹੀ ਕਰਾਂਗੀ ਮੈਂ ਜਦੋਂ ਇਹ ਬਨ ਆਏਗਾ ਮੈਂ ਉਦੋਂ ਵੀ ਕਰਾਂਗੀ ਮੇਰਾ ਕੱਲਾ ਕੱਲਾ ਪੁੱਤਰ ਹੈਗਾ ਤੂੰ ਵਿੱਚ ਕਿਉਂ ਰੋਲਾ ਪਾਈ ਬੈਠੀ ਹੈ ਨਹੀਂ ਅੰਮਾ ਮੈਂ ਵਿੱਚ ਰੋਲਾ ਨਹੀਂ ਪਾਈ ਬੈਠੀ ਤੁਹਾਡੀ ਦੋਵਾਂ ਜੀਆਂ ਦੀ ਨਹੀਂ ਬਣਦੀ ਪਈ ਮੈਂ ਇਸ ਪਾਰੂ ਆਖਦੀ ਪਈ ਹਾਂ ਬਾਪ ਤੇ ਮੇਰੀ ਇਹਦੇ ਨਾਲ ਨਾ ਬਣੇ ਆਪਣੇ ਘਰ ਚਲਾ ਜਾਵੇ ਉੱਥੇ ਆਪਣੇ ਮਾਪਿਓ ਕੋਲ ਓਏ ਮੇਰਾ ਹੀ ਘਰ ਹੈ ਕੋ ਤੇਰੇ ਪਿਓ ਦਾ ਨਹੀਂ ਤੇਰੇ ਬੇਟੇ ਦਾ ਠੀਕ ਹੈ ਮੈਂ ਆ ਜਾਣੀ ਪਈ ਓਏ ਮਾਂ ਬਾਹ ਵਸ ਖਲੋ ਖੁਦਾ ਦਾ ਨਾਮ ਸੇਵਣ ਦਾ ਟਾਈਮ ਨਹੀਂ ਹੈ ਖੁਦਾ ਦਾ ਨਾਮ ਹੀ ਬੜਾ ਜਾਓ ਕਿਉਂ ਸ਼ਰੀਕਮ ਤਮਾਸ਼ਾ ਵਿਖਾਓ ਹਾਂ ਇਹ ਤਮਾਸ਼ਾ ਵਹਾਂਦਾ ਬੇ ਤਮਾਸ਼ਾ ਮੈਂ ਨਹੀਂ ਵਹਾਂਦੀ ਪਈ ਹਾਂ ਤਮਾਸ਼ਾ ਨਾ ਵਿਖਾਓ ਨਾਲੇ ਜਿਹੜਾ ਮੇਰਾ ਫੇਰ ਫੁਸਤਾਨ ਉਹਨੂੰ ਹੀ ਸਦਨਾ ਆਇਆ ਤਾਂ ਓ ਜਿੰਨੂੰ ਮਰਜ਼ੀ ਸਾਲ ਵੇਖ ਯਾਰੂ ਨਾਮ ਹੈ ਬਸ ਯਾਰੂ ਨਾ ਯਾਰੂ ਆਵੇ ਯਾਰੂ ਤਾਂ ਸਭ ਤੋਂ ਪਹਿਲੇ ਆਵੇਗਾ ਮੁੜ ਆਵਣ ਗਵੀ ਇੱਥੇ ਮੈਂ ਅੰਦਰ ਸਾਰਾ ਮਰ ਗਿਆ ਤੇਰੀਆਂ ਲੱਤਾਂ ਮੈਂ ਆਪਣੀ ਵਾਲੇਕਮ ਸਲਾਮ ਕੀ ਹਾਲ ਨੇ ਬੈਂਦੇ ਤੂੰ ਠੀਕ ਠਾਕ ਬਾਰੇ ਠੀਕ ਠਾਕ ਭੈਣ ਸਾਬਰਾ ਤੂੰ ਸੁਣਾ ਖੈਰੀ ਆਈ ਹੈ ਹਾਂ ਖੈਰੀ ਆਈ ਹਾਂ ਮੈਂ ਆਈ ਹਾਂ ਤੁਹਾਡੇ ਕੋਲ 4000 ਰੁਪਇਆ ਤੇ ਦਿਓ ਚਾ ਅਈ ਲੋਕਾ ਹਾਵੇਂ ਮੇਰਾ ਪੁੱਤਰ ਤੁਹਾਨੂੰ ਕੀ ਹੋ ਗਿਆ ਮੈਂ 4000 ਰੁਪਇਆ ਮੰਗ ਲਿਆ ਤੇ ਨਾਲ ਹੀ ਆਖ ਦਿੱਤਾ ਨੇ ਅਈ ਲੋਕਾ ਖਾਂਦੇ ਪਿੰਦੇ ਨੇ ਖੈਰੀ ਸੱਲਾ ਓਏ ਅੰਮਾ ਜਿਹੜੇ ਸਾਡੇ ਕੋਲ ਪੈਸੇ ਆਣ ਉਹ ਤਾਂ ਲੱਗ ਗਏ ਮੇਰੇ ਵੀਜ਼ੇ ਤੇ ਜਿਹੜੇ ਬੱਚੇ ਆਣ ਉਹ ਮੇਰੇ ਜਾਣ ਦੀ ਖੁਸ਼ੀ ਕਰੂ ਆਏ ਉਹ ਸਮਾਨ ਸਮੂਨ ਅਸੀਂ ਲੈ ਕੇ ਆ ਗਿਆ ਨਹੀਂ ਮੇਰੀ ਭੈਣ ਮੈਂ ਕਿਹੜੇ ਚੋਖੇ ਮੰਗ ਬੈਠੀ ਆ ਮੈਂ 4000 ਹੀ ਮੰਗਿਆ ਹੈ ਨਾ ਨਾਲੇ ਤੇਰਾ ਪੁੱਤਰ ਜਾਂਦਾ ਪਿਆ ਬਾਅਦ ਤੇ ਸਾਨੂੰ ਬੜੀ ਖੁਸ਼ੀ ਏ ਤੇ ਖੁਸ਼ੀ ਦਾ ਪ੍ਰੋਗਰਾਮ ਅਸਾਂ ਹੀ ਕਰਨਾ ਏ ਨਹੀਂ ਭੈਣ ਮੇਰੀ ਏ ਖੈਰ ਨਾਲ ਤੂੰ ਹੀ ਸਾਡਾ ਪ੍ਰੋਗਰਾਮ ਕਰ ਲਈ ਹਾਲੇ ਤਾਂ 3-4 ਦਿਨ ਮੇਰੇ ਪੁੱਤਰ ਦੇ ਬਾਹਰ ਜਾਣ ਚ ਪਏ ਹੋਏ ਨੇ ਤੇ ਤੁਸੀਂ ਹੀ ਕਰਨਾ ਅੱਗੇ ਵੀ ਤਾਂ ਤੁਸੀਂ ਸਾਡੀਆਂ ਖੁਸ਼ੀਆਂ ਕਰਦੇ ਜੇ ਇਹ ਤਾਂ ਤੇਰੀ ਗੱਲ ਸਹੀ ਏ ਮੈਂ ਲੈ ਕੇ ਆਈ ਆ ਦੇ ਘਰ ਡਾਕਟਰ ਨੇ ਜਿਹੜੀਆਂ ਮੇਰੀਆਂ ਦੋਵੇਂ ਨੇ ਨੌਵਾਂ ਸੁਗਰੀ ਤੇ ਬਿੱਲੋ ਉਹਨਾਂ ਨੂੰ ਚੈੱਕ ਕਰਵਾਇਆ ਤੇ ਉਹਨਾਂ ਨੂੰ ਬਾਲ ਬੱਚਾ ਹੋਣ ਵਾਲਾ ਮੈਨੂੰ ਇਹ ਮਜਬੂਰੀ ਉਹਨੂੰ ਦੇਵਣੇ ਨੇ ਪੈਸੇ ਨਹੀਂ ਮਾਈ ਸਾਬਰਾ ਬਾਲੀ ਬੱਚੇ ਤੇਰੀ ਨੌਵਾਂ ਨੂੰ ਹੋਣ ਵਾਲੇ ਨੇ ਤੇ ਉਹਨਾਂ ਦੇ ਸਾਈਆਂ ਨੂੰ ਆਖ ਦਾਈਆਂ ਨੂੰ ਪੈਸੇ ਦੇਸਣ ਚਾ ਹਾਂ ਨਹੀਂ ਮੇਰੀ ਦੀ ਉਹਨਾਂ ਪੈਸੇ ਕਿੱਥੋਂ ਦੇਣੇ ਦੋਵੇਂ ਵਿਰਾਟ ਤੇ ਟਾਈਮ ਲੜਦੇ ਮਰਦੇ ਰਹਿੰਦੇ ਇੱਕ ਨੇ ਕਹਿੰਦੇ ਨੇ ਇੱਕ ਮੇਰਾ ਪੁੱਤਰ ਫੜੇ ਕੇ ਜਾਸੀ ਤੇ ਮਰ ਜਾਸੀ ਨਹੀਂ ਬਾਜੀ ਸਾਬਰਾ ਪਰੇਸ਼ਾਨ ਨਾ ਹੋ ਚੌਧਰੀ ਸਾਹਿਬ
तेरे पुत्र मैं गुटी ले लवी तो बड़ी गल वालेकुम सलाम चौधरी साहेब चौधरी साहब वास्ते कुर्सी खड़ाओ चंगा लगता मैं शख्स ने चंगा लगता हूं मैं चाहना कि या मकान अलग अलग कर लिए फरिश्ता बन के आवे समझावे मुड़ शायद समझन मैं हुण आया खोता ना फरिश्ता बन ते मैं इन्हां नूं समझाई जाना जे हुण लड़ सन ते मैं इन्हां दी जान काढ ले सां जे ना लड़ सन सलोगना रह सन ते मैनूं खुशी हो सी हुण दोवें बिरा चुप करके बैठे ने कोई तार जवाब दे चौधरी नूं लड़सां है के नहीं लड़ने आए इन्हां की यार जवाब देवणा इन्हां दी ते ओह मिसाल है जो कुत्ते दी पूछ 100 साल हुक्के दी नड़ी च पई रही आए ते जदों उन्हां कढ़ी आई उवें आकड़ी दी आकड़ी आए हुण नहीं आकड़दी जिहड़ी पूछ आकणा है उस लई आकर बाहो आपा बिरा आप लड़दे सोने नहीं लगते आप एक दूसरे नाल सीने नाल सीना ला के जफ्फियां पाई उन्हें दिल साफ कर लिया तो तू भी दिल साफ कर उठी थी जफ्फी पाओ बड़िया मैं तेरा निक्का बिरा कुत्ता ना मैंने बनाया कार सुबह पता नहीं उठीवना कि नहीं उठीवना असि हुणे नमाज शुरू करने जेडी हुण अजान आई असि नमाज पढ़ सा जाके शाबाश हुण मगरिब होवण वाली है चलो मेरे नाल आपां रल के मस्जिद नमाज पढ़ आ जाओ चलो ठीक है मियां फलेक्षी तू भी पढ़ी कर नमाज हां मैं भी अमदा पया चलो आ साडी समाणियां नु नसीहत कर चाहे भी थोड़ी अल्लाह दे अगे झुक जा मेरी बहन साबरा तू सारी बच्चियां नु नमाज इत्थे घरे पढ़ाई दा मैं की करा ए नमाज पढ़ांदे थारे ए दमी ने लड़ाई करते नहीं करदे लड़ाई हुन नहीं अम्मा लड़ाई करदे हुन अल्लाह अल्लाह ही करांगे बस आ जाओ आ जाओ नमाज पढ़िए दिल साफ हो गया दिल नू रूह नू ऐसा सुकून है यकीन करो अगे जिंदगी च नहीं हो जे सुकून एवे गल बड़ी चास आई है या नमाज पढ़ी है अच्छा भाई जान जेड़ी मस्जिद च बैठ के तू मेरे नाल गल कीती है एकर दोबारा मेरे नाल कर यार उत्थे तैनू यकीन नहीं आया मस्जिद च अल्लाह दे घर च बैठ के तेरे नाल गल कीती है ते तू आखदा पया कि दोबारा कर तौबा अस्तगफार ओ मैनू तेरे ते यकीन है मैं ए आना वे एक बारी गल होर कर या तू गल सुनावणी है ना मेरे दिल नू सुकून आ जासी जे मेरे बिरा नू इस गल ते सुकून मिलदा है ना तो मैं गल दोबारा कर देना है केड़ी गल है मैनू अल्लाह ने पुत्र दिता ते तैनू दित्ती धी तो मैं आदे पुत्र की शादी तेरी धी ना कर सा जे अल्लाह ने मैनू धी दिती तो मैं तेरे पुत्र ना कर सा यकीन करा गल तो कीती है ना दोबारा ते एवें समझ अपनी कबरां रल गईयां अल्लाह भला करे कुकी चौधरी दा
ਜਿਹਨੇ ਸਾਨੂੰ ਇਨਸਾਨ ਬਣਾ ਛੱਡਿਆ, ਮੁੱਲ ਹਟ ਕੇ ਮੁਸਲਮਾਨ ਬਣਾ ਛੱਡਿਆ, ਮੁੱਲ ਹਟ ਕੇ ਸਾਨੂੰ ਵਿਰਾਹ ਵੀ ਬਣਾ ਛੱਡਿਆ। ਬਿਲਕੁਲ ਬਿਲਕੁਲ, ਤੇ ਸਾਡੀਆਂ ਕਬਰਾਂ ਵੀ ਰਲ ਗਈਆਂ, ਸਾਡੇ ਘਰ ਵੀ ਰਲ ਗਏ, ਸਾਡੇ ਘਰਾਂ ਦੇ ਵਿੱਚ ਅੱਲਾ ਪਾਕ ਸਕੂਨ ਦੇ। ਬਿਲਕੁਲ, ਹੁਣ ਆਪਾਂ ਸਾਰੀ ਜ਼ਿੰਦਗੀ ਦੋਵਾਂ ਵਿਰਾਹਾਂ ਲੜਨਾ ਨਹੀਂ, ਇਤਫਾਕ ਨਾਲ ਰਹਿਣਾ, ਇੱਕੇ ਸੂਈ 'ਚ ਲੱਗਣਾ। ਟੈਨਸ਼ਨ ਨਾ ਲੈ ਤੂੰ, ਅੱਲਾ ਦੇ ਬੰਦੇ ਕਿਉਂ ਫਿਕਰ ਕਰਦਾ ਹੈ। बिजली का बैठी है, तू ही खाना आएगा। बिस्मिल्लाह करा, मेरे पुत्र नमाज पढ़ के आ गए ने, और बाजा चाह देवा तुहानू। हेलो, तू ही दम्मी नाल सांझ रोटी कहना, फजर दी नमाज पढ़ ली। बिल्कुल पढ़ना। तू ला ला, थोड़ी कनेरी टूटी हुई है, तू ला ला मेरे पुत्र। अल्लाह तुहाडा इत्तेफाक एवें ही रखे सोहणिया मालका, जिवें आ हुण खले होए। आमीन। एवें ही मैं वेखा सदा। आमीन आमीन। ए भूतनिया, किनारे थोड़ी त्रुटो है, तेन खरमदा पिया। मैं कुत्ता जेड़ा बठला चाह पींदा वा ना? नहीं यार, एवें तू आर बनाई जाना ते बनाई जा, मैं तेन कुत्ता कोई नी आख्या। आर कोई नी बनांदा पिया, आ कप बटा ला। कप मैं नहीं बटाईंदा, अम्मा दोवां नूं चाह दित्ती बराबर, उंदे तू पी जांदे ते मैं पी जा, तेन अग्गे ही आख्या। तू कप नहीं बटावना? ना जा, मोर रिश्ते लो जवाब है, मैं रिश्ता तेन कोई नी देना। हां रिश्ते लो जवाब है? ओ रमजी को जल्ला तू डर, अल्लाह दे घर च बह के तो मैनू आख्या भूतना बिरा, जी मैनू दी जम्मी ना ते मैं तेरे पोत्र वास्ते देसा, हुण मुकरिया खला। ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।